ਸ਼ੋ ਸੀ ਜਨਾਬ ਕਾਰੀ ਸ਼ਮਸਦੀਨ ਸਾਹਿਬ ਸੀ ਕਿ ਉਹ ਤਸ਼ਰੀਫ ਲਿਆਉਣ ਅਤੇ ਅੱਜ ਦੇ ਇਸ ਕਾਨਫਰੰਸ ਦਾ ਆਗਾਜ਼ ਤਲਾਵਤ ਕੁਰਾਨ ਮਜੀਦ ਫੁਰਕਾਨ ਹਮੀਦ ਨਾਲ ਕਰਨ ਜਨਾਬ ਕਾਰੀ ਸ਼ਮਸਦੀਨ ਸਾਹਿਬ أعوذ بالله من الشيطان الرجيم بسم الله الرحمن الرحيم يا خلقناكم إنا خلقناكم من ذكر وجعلناكم شعوبا وقبائل لتعارفوا إن أكرمكم عند الله أتقاكم إن الله عليم خبير إن الله عليم خبير صدق الله العظيم جنی آیات مقدس میں تلاوت کی تین ترجمہ سماعت فرماؤ اللہ رب ذوالجلال ارشاد فرماندے اے دنیا دے انسانوں ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਮਰਦ ਔਰ ਇੱਕ ਔਰਤ ਤੋਂ ਪੈਦਾ ਕੀਤਾ ਹੈ ਔਰ ਫਿਰ ਤੁਹਾਡੀਆਂ ਜ਼ਾਤਾਂ ਔਰ ਤੁਹਾਡੇ ਕਬੀਲੇ ਬਣਾਏ ਤਾਂ ਕਿ ਤੁਸੀਂ ਆਪਸ ਵਿੱਚ ਇੱਕ ਦੂਸਰੇ ਨੂੰ ਪਹਿਚਾਣ ਸਕੋ ਬੇਸ਼ੱਕ ਅੱਲਾਹ ਦੇ ਨਜ਼ਦੀਕ ਸੱਚਾ ਔਰ ਸੁੱਚਾ ਉਹੀ ਹੈ ਜਿਹੜਾ ਅੱਲਾਹ ਕੋਲੋਂ ਜ਼ਿਆਦਾ ਡਰ ਹੈ ਔਰ ਅੱਲਾਹ ਰੱਬੁਲ ਇੱਜ਼ਤ ਸਭ ਕੁਝ ਜਾਣਦਾ ਹੈ ਔਰ ਖਬਰਦਾਰ ਹੈ ਵਾਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ